ਖੇਤੀ ਸੁਧਾਰ ਕਾਨੂੰਨਾ ਦੇ ਵਿਰੋਧ ਦੇ ਵਿੱਚ ਕਿਸਾਨ ਐਜੀਟੇਸ਼ਨ 26 ਅਤੇ 27 ਨਵੰਬਰ ਨੂੰ ਜੋ ਦਿੱਲੀ ਕੂਚ ਦਾ ਆਵਾਣ ਕੀਤਾ ਗਿਆ ਸੀਗਾ ਕੱਲ ਤੋਂ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਕਿਸਾਨ ਐਜੀਟੇਸ਼ਨਾਂ ਦੀਆਂ ਵੱਖ-ਵੱਖ ਪੰਜਾਬ ਹਰਿਆਣਾ ਦੇ ਬਾਰਡਰਾਂ ਤੋਂ ਪੰਜਾਬ ਵਾਲੀ ਸਾਈਡ ਤੋਂ ਤੁਹਾਨੂੰ ਰਾਤ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਪਰ ਹੁਣ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦਾ ਬਾਰਡਰ ਤੋਂ ਦੂਜੇ ਪਾਸੇ ਹਰਿਆਣਾ ਸਾਈਡ ਦੀਆਂ ਤਸਵੀਰਾਂ ਹਰਿਆਣਾ ਸਰਕਾਰ ਦੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਵਾਸਤੇ ਪਹਿਲਾ ਟ੍ਰਿਪਲ ਲੇਅਰ ਬੈਰੀਕੇਡਿੰਗ ਕੀਤੀ ਗਈ ਸੀ ਤੇ ਰਾਤ ਨੂੰ ਮਿੱਟੀ ਪਾ ਕੇ ਪੂਰੀ ਦੀਵਾਰ ਬਣਾ ਦਿੱਤੀ ਗਈ ਹੈ ਕਈ ਫੁੱਟ ਉੱਚੀ ਤੇ ਕਈ ਫੁੱਟ ਚੌੜੀ ਜਿਹੜੀ ਹੈਗੀ ਹੈ ਇੱਥੇ ਮਿੱਟੀ ਦੇ ਢੇ ਲਗਾ ਕੇ ਇੱਕ ਪੂਰੀ ਬੈਰੀਕੇਡਿੰਗ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਦੂਜੇ ਪਾਸੇ ਹਰਿਆਣਾ ਪੁਲਿਸ ਦੇ ਸੈਂਕੜਾ ਦੀ ਗਿਣਤੀ ਦੇ ਵਿੱਚ ਜਵਾਨ ਇੱਥੇ ਡਿਊਟੀ ਤੇ ਲਗਾਏ ਗਏ ਨੇ ਤਾਂ ਕਿ ਜੇ ਕਿਸਾਨ ਉਹ ਬਾਰਡਰ ਤੋਂ ਇਧਰ ਆਣ ਦੀ ਕੋਸ਼ਿਸ਼ ਕਰਨ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕੇ ਬੈਰੀਕੇਡਿੰਗ ਕੀਤੀ ਗਈ ਹੈ ਬੈਰੀਕੇਡਿੰਗ ਤੋਂ ਬਾਅਦ ਮਿੱਟੀ ਦੇ ਢੇ ਲਗਾ ਕੇ ਇੱਕ ਪੂਰੀ ਵਾਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਹੈਗਾ ਪਾਣੀ ਦੀ 부ਛਾਰਾ ਮਾਰਨ ਵਾਸਤੇ ਗੱਡੀਆਂ ਇੱਥੇ ਲਗਾਈਆਂ ਗਈਆਂ ਨੇ ਜੇ ਕਿਸਾਨ ਅਗੇ ਵਧਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਪਾਣੀ ਦੀ 부ਛਾਰਾ ਦੇ ਨਾਲ ਪਿੱਛੇ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ ਹਰਿਆਣਾ ਪੁਲਿਸ ਵੱਲੋਂ ਤੇ ਉਸ ਤੋਂ ਬਾਅਦ ਵੀ ਜੇ ਕਿਸਾਨ ਅਗੇ ਵਧਨ ਦੀ ਕੋਸ਼ਿਸ਼ ਕਰਦੇ ਨੇ ਤਾਂ ਸੈਂਕੜੇ ਦੀ ਗਿਣਤੀ ਦੇ ਵਿੱਚ ਹਰਿਆਣਾ ਪੁਲਿਸ ਦੇ ਜਵਾਨ ਇੱਥੇ ਡਿਊਟੀ ਤੇ ਕੱਲ ਤੋਂ ਡਟੇ ਹੋਏ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਹਰਿਆਣਾ ਪੁਲਿਸ ਦੇ ਡਿਪਟੀ ਸਾਹਿਬ ਮਜੂਰ ਨੇ ਸਰ किस तरह का लाइन ऑफ एक्शन रहेगा किसान कहते हैं कि दिल्ली कूच करके रवेंगे नहीं हम दिल्ली का हमने कूच करने का उनको रोकने के लिए प्रॉपर बंदोबस्त किया हुआ है और उनको आगे नहीं जाने देंगे धारा एक लगाई हुई है और प्रॉपर फोर्स है उनको रोकने के लिए कोई दिक्कत नहीं तो आ, अगर किसान आगे बढ़ते हैं तो आपका क्या लाइन ऑफ एक्शन रहेगा हमारा लाइन ऑफ एक्शन उनको समझाने का होगा पहले वार्निंग देने का होगा उसके बाद अगर नहीं मानते तो फिर जो भी मुताबिक हम फोर्सेस अपना जो भी इस्तेमाल करेंगे तो किसानों को आगे बढ़ने दिया नहीं जाएगा नहीं किसानों नहीं किसानों को बढ़ने दिया अगर यहाँ से किसान वाला बॉर्डर क्रॉस करते हैं तो आगे आपके किस तरह के प्रबंध है हमारे आगे भी काफी नाके लगे हुए हैं पूरे डिस्ट्रिक्ट में तो कहीं हम यहीं से नहीं निकलने देंगे इनको सफिसंट प्रबंध है हमारे तो कल हमने देखे थे कि आंसू गैस वगैरह के और काफी और प्रबंध भी किए गए थे सब है हमारे पास वाटर कैनन है वजरा है आंसू गैस वगैरह सब चीज सफिस है हमारे पास रोकने के लिए जो भी है किसान एजुकेशन आगे बढ़ने नहीं दिया जाएगा नहीं नहीं बिल्कुल नहीं किसान कह रहे हैं कि मतलब कि एजिटेशन को रोकने का कोई आ, आ, मतलब नहीं बनता कि किसान दिल्ली जा रहे हैं सरकार हरियाणा सरकार रोकने की कोशिश कर रही है वो धारा 144 लगा रखी है तो अभी जिस हिसाब से है उसी नियम अनुसार ही जाने को जाएगा कोई रियायत नहीं पड़ती जाएगी बिल्कुल ठीक जी बिल्कुल ऐसे के हरियाणा पुलिस ने जिन्होंदा साफ कहना है कि किसान एजिटेशन रोकने वास्ते पूरे पुख्ता प्रबंध किए गए हैं बैरिकेडिंग कीती गई है पहला उस तो बाद मिट्टी दी लेयर बनाई गई है ਤੇ ਉਸ ਤੋਂ ਬਾਅਦ ਪਾਣੀ ਦੀ ਬੁਛਾਰਾ ਮਾਰਨ ਵਾਸਤੇ ਵਜਰਾ ਅਤੇ ਹੋਰ ਜਿਹੜੇ ਵਾਹਨ ਇੱਥੇ ਮਜੂਦ ਨੇ ਜੇ ਕਿਸਾਨ ਫਿਰ ਵੀ ਅੱਗੇ ਵਧਦੇ ਨੇ ਤਾਂ ਫੋਰਸਫੁਲੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਕੱਲਾ ਇਹੀ ਬੈਰੀਗੇਟਿੰਗ ਇੱਥੇ ਹੀ ਇਸ ਬਾਰਡਰ ਦੇ ਉੱਤੇ ਨਹੀਂ ਕੀਤੀ ਗਈ ਜੀਨ ਡਿਸਟ੍ਰਿਕਟ ਦੇ ਵਿੱਚ ਜਗ੍ਹਾ-ਜਗ੍ਹਾ ਅੱਗੇ ਵੀ ਕਈ ਜਗ੍ਹਾ ਬੈਰੀਗੇਟਿੰਗ ਅਤੇ ਨਾਕੇ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਵੈਸੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇੱਥੋਂ ਹੀ ਅੱਗੇ ਨਹੀਂ ਵਧਣ ਦਿੱਤਾ ਜਾਏਗਾ ਪਹਿਲਾਂ ਉਹਨਾਂ ਨੂੰ ਜਿਹੜਾ ਪੀਸਫੁਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੇ ਕਿਸਾਨ ਫਿਰ ਵੀ ਅੱਗੇ ਵਧਦੇ ਨੇ ਤਾਂ ਧਾਰਾ 144 ਲੱਗੀ ਹੋਈ ਹੈ ਧਾਰਾ 144 ਦੇ ਵਿੱਚ ਜਿਸ ਤਰ੍ਹਾਂ ਦੇ ਉਹਨਾਂ ਨੂੰ ਅਖਤਿਆਰ ਮਿਲੇ ਹੋਏ ਨੇ ਉਹਨਾਂ ਦਾ ਪੂਨ ਜਿਹੜਾ ਰੂਪ ਦੇ ਵਿੱਚ ਇਹ ਇੱਥੇ ਇਸਤੇਮਾਲ ਕਰ ਸਕਦੇ ਨੇ ਹਰਿਆਣਾ ਪੁਲਿਸ ਤੇ ਕੁਲ ਮਿਲਾ ਕੇ ਦੂਜੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਪੰਜਾਬ ਬਾਰਡਰ ਵਾਲੀ ਸਾਈਡ ਤੇ ਪਾਤੜਾ ਵਾਲੀ ਸਾਈਡ ਤੇ ਜਿੱਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕੱਲ੍ਹ ਤੋਂ ਹੀ ਇੱਥੇ ਪਹੁੰਚੇ ਨੇ ਤੇ ਇਹ ਤਸਵੀਰਾਂ ਤੁਹਾਨੂੰ ਹਰਿਆਣਾ ਸਾਈਡ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰਿਆਣਾ ਬਾਰਡਰ ਕ੍ਰੋਸ ਕਰਕੇ ਅੱਗੇ ਦਿੱਲੀ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਨੇ ਤੇ ਹਰਿਆਣਾ ਪੁਲਿਸ ਦਾ ਕੀ ਲਾਈਨ ਆਫ ਐਕਸ਼ਨ ਰਹੇਗਾ ਇਸ ਦੀਆਂ ਜੋ ਜਾਣਕਾਰੀ ਹੈਗੇ ਹਰਿਆਣਾ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਤੇ ਕੁੱਲ ਮਿਲਾ ਕੇ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦਾ ਐਜੀਟੇਸ਼ਨ ਦਿੱਲੀ ਵੱਲ ਨੂੰ ਕੂਚ ਕਰਦਾ ਹੈ ਜਾਂ ਇੱਥੇ ਹੀ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਪੱਕਾ ਮੋਰਚਾ ਲਗਾਇਆ ਜਾਂਦਾ ਕਹਿਣਾ ਮੈਂ ਰੋਹਿਤ ਦੇ ਨਾਲ ਵਿਵੇਕਤਾ ਦੈਨਿਕ ਸਵੇਰਾ ਟੀਵੀ ਪੰਜਾਬ ਹਰਿਆਣਾ ਬਾਰਡਰ ਜੀਂਦ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार का ना चलना सिर्फ इकती घंटिया समाधान फ्री फ्री फ्री, फ्री मियां रफीक मोहम्मद मोबाइल चौरासी तीन सौ चौहत्तर चौरानवे संताली चौरासी तीन सौ